ਆਪਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਅੱਜ ਕੱਲ ਜ਼ਿਆਦਾ ਰਹਿੰਦੀ ਹੈਗੀ ਹੈ। ਯੂਰਿਕ ਐਸਿਡ ਵੀ ਬਹੁਤ ਚੰਦਰੀ ਬਿਮਾਰੀ ਹੈ, ਜਿਵੇਂ ਆਪਾਂ ਕਹਿ ਦਈਏ ਵੀ ਇਹ ਜੋੜਾਂ ਦਾ ਦਰਦ ਜ਼ਿਆਦਾ ਹੋ ਜਾਂਦਾ ਹੈ ਜੀ, ਤੇ ਆਪਣੇ ਜੋੜ ਜ਼ਿਆਦਾ ਦਰਦ ਕਰਨ ਲੱਗ ਜਾਂਦੇ ਆ, ਖੜਕਣ ਲੱਗ ਜਾਂਦੇ ਨੇ, ਤੇ ਆਪਣੇ ਹਰ ਟਾਈਮ ਦਰਦ ਰਹਿੰਦਾ ਹੈਗਾ। ਉਹਦੇ ਵਾਸਤੇ ਕੀ ਕਰਨਾ, ਇੱਕ ਤਾਂ ਘਰੇਲੂ ਚੀਜ਼ ਇਹ ਹੈ ਵੀ ਇਹ ਦੋ ਇੱਕ ਚੀਜ਼ ਦੋ ਬਿਮਾਰੀਆਂ ਤੇ ਕੰਮ ਕਰੂਗੀ, ਇੱਕ ਤਾਂ ਯੂਰਿਕ ਐਸਿਡ ਦੇ ਤੇ ਇੱਕ ਕੋਲੇਸਟ੍ਰੋਲ ਤੇ। ਉਹ ਦੋਨੇ ਬਿਮਾਰੀਆਂ ਵਾਲੇ ਸੁਣ ਲਓ ਜੀ ਤੁਸੀਂ, ਅਗਰ ਕਿਸੇ ਨੂੰ ਕੋਲੇਸਟ੍ਰੋਲ ਜ਼ਿਆਦਾ ਵੱਧਦਾ ਜਾਂ ਯੂਰਿਕ ਐਸਿਡ ਜ਼ਿਆਦਾ ਵੱਧਿਆ ਪਿਆ ਹੈਗਾ, ਉਹ ਦੋਨਾਂ ਬਿਮਾਰੀਆਂ ਤੇ ਇੱਕ ਚੀਜ਼ ਨਹੀਂ ਅਸਰ ਕਰ ਦੇਣਾ, ਤੇ ਤੁਸੀਂ ਲੈ ਸਕਦੇ ਹੋ ਜੀ ਇਹ। ਆਪਾਂ ਕੀ ਕਰਨਾ ਹੈਗਾ ਇਹਦੇ ਵਾਸਤੇ, ਮਤਲਬ ਲਾਲ ਮਿਰਚਾਂ ਲੈਣੀਆਂ ਨੇ, ਸੁੱਕੀਆਂ ਲਾਲ ਮਿਰਚਾਂ ਡੰਡੀ ਵਾਲੀਆਂ ਜਿਹਨੂੰ ਬੋਲ ਦਿੰਦੇ ਆ, ਉਹ ਲਾਲ ਮਿਰਚਾਂ ਲੈਣੀਆਂ, ਰਾਤ ਨੂੰ ਲੱਸੀ 'ਚ ਭਿਓ ਦਿਓ ਜੀ, ਸੁਬਹਾ ਉਹਨਾਂ ਨੂੰ ਕੱਢ ਕੇ ਚੰਗੀ ਤਰ੍ਹਾਂ ਛਾਣ ਕੇ ਉੱਤੋਂ ਲੱਸੀ ਜੀ ਉਹਨਾਂ ਦੇ ਖਤਮ ਹੋ ਜੇ ਤਾਂ ਤੁਸੀਂ ਉਹਨੂੰ ਰਗੜ ਲੈਣਾ ਜੀ। ਮਿਕਸੀ ਦੇ ਵਿੱਚ ਤੁਸੀਂ ਥੋੜਾ ਜਿਹਾ ਪਰਹੇਜ਼ ਰੱਖਿਓ, ਅਗਰ ਮਤਲਬ ਕੁੰਡੀ ਦੇ ਵਿੱਚ ਤੁਸੀਂ ਰਗੜੋ ਤਾਂ ਬਾਹਲੀ ਵਧੀਆ ਗੱਲ ਹੈ, ਮਿਕਸੀ ਦੇ ਵਿੱਚ ਥੋੜਾ ਜਿਹਾ ਤੋਂ ਪਰਹੇਜ਼ ਰੱਖੋ। ਉਹਦੇ ਨਾਲ ਚੰਗੀ ਤਰ੍ਹਾਂ ਰਗੜਨਾ ਜੀ, ਜਿੰਨਾ ਚਿਰ ਉਹਦਾ ਲੇਸ ਨਹੀਂ ਬਣਦਾ ਵਧੀਆ, ਜਦੋਂ ਉਹਦਾ ਲੇਸ ਬਣ ਗਿਆ ਨਮਕ ਪਾ ਕੇ ਰਗੜੋ, ਤੁਸੀਂ ਉਹਨੂੰ ਕੱਢ ਕੇ ਕਿਸੇ ਕੋਲੇ ਵਾਟੇ ਦੇ ਵਿੱਚ ਰੱਖ ਦਿਓ। ਜਿੰਨੀ ਕੁ ਤੁਸੀਂ ਰੋਟੀ ਦੇ ਨਾਲ ਖਾਣੀ ਆ, ਉਹਦੇ ਵਿੱਚ ਤੁਸੀਂ ਕਦੇ ਲਸਣ ਪਾ ਲਿਆ, ਕਦੇ ਅਦਰਕ ਪਾ ਲਿਆ, ਸਿਰਫ 15 ਦਿਨ ਤੁਸੀਂ ਸਬਜ਼ੀ ਬੰਦ ਕਰ ਦਿਓ ਜੀ, ਦਾਲ ਬੰਦ ਕਰ ਦਿਓ 15 ਦਿਨਾਂ ਦੀ ਖਾਤਰ, 15 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਪੈ ਜਾਣਾ ਹੈਗਾ। ਯੂਰਿਕ ਐਸਿਡ ਨੂੰ ਤੁਸੀਂ ਆਪ ਹੀ ਫਰਕ ਮਹਿਸੂਸ ਕਰੋਗੇ ਜਦੋਂ ਰਿਪੋਰਟ ਕਰਾਓਗੇ ਤੁਸੀਂ। ਰਹੀ ਗੱਲ ਇਹਦੇ ਵਾਸਤੇ ਇੱਕ ਚੀਜ਼ ਹੋਰ ਦੱਸਦੀ ਹਾਂ ਜੀ ਮੈਂ, ਹਲਦੀ, ਕੱਚੀ ਹਲਦੀ, ਗੰਢ ਹਲਦੀ ਲੈ ਲਓ ਤੁਸੀਂ, ਤੇ ਅਦਰਕ ਲੈ ਲਓ ਇੱਕੋ ਜੀ ਮਾਤਰਾ ਦੇ ਵਿੱਚ, ਇਹਨਾਂ ਨੂੰ ਲੈ ਲਓ, ਇਹਨਾਂ ਦਾ ਰਗੜ ਕੇ ਪੇਸਟ ਬਣਾ ਲਓ। ਜਦੋਂ ਇਹਦਾ ਵਧੀਆ ਪੇਸਟ ਬਣ ਗਿਆ ਤਾਂ ਤੁਸੀਂ ਕੀ ਕਰਨਾ, ਸੁਬਹਾ 1 ਕੱਪ ਗਰਮ ਪਾਣੀ ਦਾ ਲੈਣਾ ਜੀ, ਕੋਸੇ ਜੇ ਪਾਣੀ ਦਾ, ਜਿਹੜਾ ਆਪਾਂ ਪੀ ਸਕੀਏ, ਨਗਾ ਸਕੀਏ, ਹਨਾ, ਉਹ ਲੈਣਾ ਤੁਸੀਂ, ਤੇ ਉਹਦੇ ਵਿੱਚ ਤੁਸੀਂ ਅੱਧਾ ਚਮਚਾ ਉਹਦਾ ਪੇਸਟ ਦਾ ਪਾ ਲਓ। ਜ਼ਿਆਦਾ ਤੁਹਾਨੂੰ ਲੱਗੇ ਛੋਟੀ ਉਮਰ ਹੈ ਤਾਂ ਤੀਜਾ ਹਿੱਸਾ ਪਾ ਲਓ ਜੀ, ਜ਼ਿਆਦਾ ਮਤਲਬ ਕਿ ਆਪਾਂ ਹੋ ਗਏ ਜੀ ਜਿਵੇਂ 40-50 ਦੇ ਹੋ ਗਏ ਤਾਂ ਆਪਾਂ ਅੱਧਾ ਚਮਚਾ ਪੀ ਸਕਦੇ ਹਾਂ, ਉਹ ਘੋਲ ਕੇ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਉਹ ਪੀਣਾ ਸਟਾਰਟ ਕਰ ਦਿਓ। ਤੁਹਾਨੂੰ ਹਫਤੇ 10 ਦਿਨਾਂ ਦੇ ਵਿੱਚ ਹੀ ਤੁਹਾਡੀ ਰਿਪੋਰਟ ਵਧੀਆ ਨੋਰਮਲ ਆਉਣ ਲੱਗ ਜੂ, ਘਟਣ ਲੱਗ ਜੂਗਾ ਜਿਵੇਂ ਜਿਵੇਂ ਦਿਨ ਪੈ ਕੇ। ਅਗਰ ਕਿਸੇ ਦੇ ਜ਼ਿਆਦਾ ਦਰਦ ਹੁੰਦਾ ਹੈ, ਆਪਾਂ ਕਹਿ ਦਿੰਦੇ ਹਾਂ ਵੀ ਯੂਰਿਕ ਐਸਿਡ ਨਾਲ ਗਠੀਆ ਵਾਹ ਵੀ ਬਣ ਜਾਂਦੀ ਹੈਗੀ ਹੈ, ਤਾਂ ਤੁਸੀਂ ਤਿਲਾਂ ਦੇ ਤੇਲ ਦੀ ਮਾਲਿਸ਼ ਕਰਨੀ ਸਟਾਰਟ ਕਰ ਦਿਓ। ਤਿਲ ਤੁਸੀਂ ਰੋਸਟ ਕਰਕੇ ਰੱਖ ਲਓ ਥੋੜੇ ਜਿਹੇ, ਉਹਨਾਂ ਨੂੰ ਤੁਸੀਂ 1 ਚਮਚਾ ਰੋਜ਼ ਦਾ ਖਾ ਸਕਦੇ ਹੋ ਜੀ, ਥੋੜੇ ਜਿਹੇ ਭੁੰਨ ਕੇ ਰੱਖ ਲਓ ਉਹਨਾਂ ਨੂੰ, ਉਹ ਬਹੁਤ ਵਧੀਆ ਜੀ ਜੋੜਾਂ ਵਾਸਤੇ, ਆਪਣੇ ਜੋੜਾਂ ਦਾ ਦਰਦ ਉਹ ਠੀਕ ਕਰੂਗੀ, ਤੇ ਬਹੁਤ ਹੀ ਬੈਸਟ ਰਿਜ਼ਲਟ ਹੈ। ਰਹੀ ਗੱਲ ਹੁਣ ਬੀਬੀਆਂ ਭੈਣਾਂ ਦੀ, ਵੀ ਅੱਜ ਕੱਲ ਬੱਚੀਆਂ ਬਹੁਤ ਮਤਲਬ ਕਮਜ਼ੋਰ ਹੋਈਆਂ ਪਈਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ, ਮੇਰੇ ਕੋਲੇ ਬਹੁਤ ਬੱਚੀਆਂ ਦੇ ਕਾਲ ਆਉਂਦੇ ਆ ਜੀ ਜਿਨ੍ਹਾਂ ਨੂੰ ਕੀ ਅੱਜ ਕੱਲ ਭਿਆਨਕ ਬਿਮਾਰੀ ਜਿਹੜੀ ਚੱਲੀ ਹੈ ਜੀ, ਲਕੋਰੀਆ, ਇਹ ਬਹੁਤ ਜ਼ਿਆਦਾ ਹੋਇਆ ਪਿਆ। ਉਹ ਕਿਉਂ ਹੋਇਆ ਪਿਆ, ਉਹਦਾ ਕੀ ਕਾਰਨ ਹੈ, ਕਿਉਂਕਿ ਖੁਰਾਕ ਨਹੀਂ ਖਾਂਦੀਆਂ। ਮੈਂ ਵਾਰ ਵਾਰ ਹਰੇਕ ਵੀਡੀਓ ਦੇ ਵਿੱਚ ਇਹੀ ਦੱਸਦੀ ਹਾਂ ਵੀ ਭਾਈ ਤੁਸੀਂ ਕੁੜੀਓ ਖੁਰਾਕ ਖਾਇਆ ਕਰੋ, ਚੰਗੀਆਂ ਚੀਜ਼ਾਂ ਖਾਇਆ ਕਰੋ, ਤਾਕਤ ਵਾਲੀਆਂ ਚੀਜ਼ਾਂ ਖਾਇਆ ਕਰੋ, ਤੁਹਾਡਾ ਸਰੀਰ ਤੰਦਰੁਸਤ ਰਹੇ।